ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਆਪ ਜੀ ਦਾ ਸਵਾਗਤ ਕਰਦਾ ਹੈ। ਔਰ ਸਭ ਤੋਂ ਪਹਿਲੇ ਆਪ ਜੀ ਨੇ ਵੀਡੀਓ ਨੂੰ ਸ਼ੇਅਰ ਕਰਨਾ, ਪੂਰੀ ਜ਼ਰੂਰ ਵੇਖਿਓ ਔਰ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜ਼ਰੂਰ ਦਿਓ। ਔਰ ਪਿਆਰੇ ਉਹ ਸਭ ਤੋਂ ਪਹਿਲੇ ਆਪ ਜੀ ਨੇ ਚੈਨਲ ਸਬਸਕ੍ਰਾਈਬ ਕਰ ਲੈਣਾ ਔਰ ਅੱਗੇ ਵੀ ਇਹ ਸਬਸਕ੍ਰਾਈਬ ਕਰਵਾ ਦੇਣਾ ਤਾਂ ਜੋ ਹਰ ਇੱਕ ਵੀਡੀਓ ਦੀ ਭਰਪੂਰ ਜਾਣਕਾਰੀ ਗੁਰ ਇਤਿਹਾਸ ਗੁਰਬਾਣੀ ਦੇ ਰਿਲੇਟਡ ਆਪ ਜੀ ਤੱਕ ਪਹਿਲਾਂ ਪਹੁੰਚ ਸਕੇ। ਸੋ ਅੱਜ ਦੀ ਜਿਹੜੀ ਵੀਡੀਓ ਹੈ ਬੜੀ ਖਾਸ ਹੈ, ਉਹ ਹੈ ਬਚਨ ਮੰਨਣ ਉੱਪਰ। ਬਾਬਾ ਦੀਪ ਸਿੰਘ ਜੀ ਦੇ ਬਾਬਤ ਸਾਡੇ ਮਨ ਵਿੱਚ ਸਵਾਲ ਬੜੇ ਹੁੰਦੇ ਨੇ। ਕਈ ਜਿਹੜੇ ਵੱਡੇ ਵਿਦਵਾਨ ਅਪਗ੍ਰੇਡ ਮਹਿਕਮਾ ਕਹਿ ਦਈਏ, ਉਹ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਸ਼ਹੀਦੀ ਇੰਝ ਨਹੀਂ ਹੋਈ, ਇੰਝ ਨਹੀਂ ਇੰਝ ਹੋਈ ਹੈ। ਬਾਬਾ ਦੀਪ ਸਿੰਘ ਦੀ ਸ਼ਹੀਦੀ ਉੱਪਰ ਜਿਹੜੀ ਬਹੁਤ ਸਾਰੇ ਤੰਜ ਕਸ਼ੇ ਜਾਂਦੇ ਨੇ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਉੱਪਰ ਬੜੇ ਤਰ੍ਹਾਂ ਦੇ ਸਵਾਲ ਉੱਠ ਖਲੋਂਦੇ ਨੇ, ਉੱਠ ਆਪਾਂ ਕਰਦੇ ਹਾਂ। ਅਤੇ ਭਾਈ ਮਨੀ ਸਿੰਘ ਦੀ ਸ਼ਹੀਦੀ ਉੱਪਰ ਵੀ ਜਿਹੜੇ ਸਵਾਲ ਬੜੇ ਹੁੰਦੇ ਨੇ, ਪਰ ਮੇਰੀ ਅੱਜ ਦੀ ਵੀਡੀਓ ਦਾ ਜਿਹੜਾ ਵਿਸ਼ਾ ਹੈ ਉਹ ਹੈ ਬਚਨ ਮੰਨਣ ਉੱਪਰ। ਕਿਉਂਕਿ ਸਤਿਗੁਰੂ ਜੋ ਬਚਨ ਕਰ ਦਿੰਦੇ ਨੇ, ਜੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਆ ਰੇ, ਕਹਿੰਦੇ ਨੇ ਸੱਚਖੰਡ ਵਿੱਚ ਥਾਂ ਕਿਹਨਾਂ ਦੀ ਪੱਕੀ ਹੁੰਦੀ ਹੈ, ਜਿਹੜੇ ਗੁਰੂ ਕਾ ਬਚਨ ਕਮਾ ਲੈਂਦੇ ਨੇ, ਜਿਹੜੇ ਗੁਰੂ ਕੇ ਬਚਨ ਨਾਲ ਅੰਤਲੇ ਸਮੇਂ ਤੱਕ ਜੁੜੇ ਰਹਿੰਦੇ ਨੇ, ਜਿਹੜੇ ਗੁਰੂ ਦੇ ਬਚਨਾਂ ਉੱਪਰ ਆਪਣਾ ਭਰੋਸਾ ਬਣਾ ਲੈਂਦੇ ਨੇ। ਸੋ ਮੈਂ ਕੁਝ ਕੁ ਹਵਾਲੇ ਦੇ ਕੇ ਆਪ ਜੀ ਨਾਲ ਸਾਂਝ ਪਾਊਂਗਾ। ਸੋ ਆਪਣੇ ਮਨ ਵਿੱਚ ਸਵਾਲ ਹੁੰਦੇ ਨੇ ਜੀ, ਅਸੀਂ ਬਚਨ ਕਿਵੇਂ ਮੰਨੀਏ, ਬਚਨ ਮੰਨਣ ਤੋਂ ਕੀ ਭਾਵ ਹੈ ਜੀ, ਜੀ ਬਚਨ ਕਿਵੇਂ ਮੰਨੇ ਜਾਣਗੇ। ਇੱਕ ਬੰਦਾ ਕਹਿੰਦਾ ਜੀ ਮੇਰਾ ਮਨ ਨਹੀਂ ਟਿਕਦਾ, ਬੜੀ ਦਫ਼ਾ ਮਿਲਦਾ ਰਿਹਾ ਜੀ ਮੇਰਾ ਮਨ ਨਹੀਂ ਟਿਕਦਾ। ਮੈਂ ਕਿਹਾ ਭਾਈ ਬਾਣੀ ਪੜ੍ਹਿਆ ਕਰ, ਬੜੇ ਤਰੀਕੇ ਉਹਨੂੰ ਸਮਝਾਏ ਵੀ ਬੋਲ ਕੇ ਪੜ੍ਹਿਆ ਕਰ, ਤੂੰ ਸੁਣਿਆ ਕਰ, ਕਈ ਵਿਦਵਾਨਾਂ ਦੀਆਂ ਵਿਚਾਰਾਂ ਨੂੰ ਸੁਣਿਆ ਕਰ, ਗੁਰਬਾਣੀ ਸੁਣਿਆ ਕਰ। ਕਹਿੰਦਾ ਜੀ ਲਗਾਤਾਰ ਕਈ ਮਹੀਨੇ ਉਹ ਬੰਦੇ ਨੇ ਆਪਣੇ ਸਵਾਲ ਇਹੀ ਰੱਖੇ ਜੀ ਮਨ ਨਹੀਂ ਜੁੜਦਾ, ਜੀ ਮਨ ਨਹੀਂ ਜੁੜਦਾ। ਅਖੀਰ ਇੱਕ ਦਿਨ ਸ਼ੱਕ ਹੋਇਆ ਅਤੇ ਮੈਂ ਉਹਨੂੰ ਪੁੱਛ ਬੈਠਾ ਕਿ ਭਲਿਆ ਪਹਿਲਾਂ ਤਾਂ ਐਂ ਦੱਸ ਕਿ ਤੂੰ ਸ਼ਰਾਬ ਤਾਂ ਨਹੀਂ ਪੀਂਦਾ, ਕੋਈ ਨਸ਼ਾ ਤਾਂ ਨਹੀਂ ਕਰਦਾ। ਉਹ ਕਹਿੰਦਾ ਜੀ ਕਦੀ ਕਦਾਈ ਸ਼ਰਾਬ ਪੀ ਲਈਦੀ ਹੈ, ਥੱਕੇ ਥਕਾਏ ਹੁੰਦੇ ਹਾਂ ਅਤੇ ਕਦੀ। ਮੈਂ ਕਿਹਾ ਵੀ ਕਿਰਪਾ ਕਿੱਥੋਂ ਹੋਣੀ ਹੈ, ਤੂੰ ਕਿਰਪਾ ਦੇ ਰਸਤੇ ਤਾਂ ਬੰਦ ਕਰ ਰੱਖੇ ਨੇ, ਜਿੰਨੀ ਤੂੰ ਕਰਦਾ ਹੈ, ਚਾਹੇ ਤੂੰ ਬਾਣੀ ਪੜ੍ਹਦਾ, ਚਾਹੇ ਅੱਧਾ ਮਿੰਟ ਕਰਦਾ, ਚਾਹੇ ਦੋ ਮਿੰਟ ਕਰ, ਜਿੰਨੇ ਵੀ ਤੂੰ ਕਰਦਾ, ਕਹਿੰਦਾ ਤੇਰਾ ਮਨ ਤੇ ਤਾਂ ਹੀ ਨਹੀਂ ਟਿਕਦਾ ਜਿੰਨੀ ਤੇਰੀ ਕਮਾਈ ਹੁੰਦੀ ਹੈ। ਤੂੰ ਰੋਜ਼ ਉਸ ਕਰੀ ਕੀਤੀ ਹੋਈ ਕਮਾਈ ਨੂੰ ਇੱਕ ਪੈਗ ਲਾ ਕੇ ਸ਼ਰਾਬ ਪੀ ਕੇ ਉਹਨੂੰ ਨਸ਼ਟ ਕਰ ਦਿੰਦਾ। ਇੰਨੇ ਮਹੀਨੇ ਹੋ ਗਏ ਤੈਨੂੰ ਦਿਮਾਗ ਖਾਂਦੇ ਨੂੰ ਮੇਰਾ, ਅਤੇ ਤੂੰ ਕਹਿੰਦਾ ਮੇਰੇ 'ਤੇ ਕਿਰਪਾ ਨਹੀਂ ਹੁੰਦੀ, ਕਿਰਪਾ ਕੀ ਸਵਾਹ ਹੋਣੀ ਹੈ ਤੇਰੇ 'ਤੇ। ਤੂੰ ਕਿਰਪਾ ਵਾਲੀ ਜਿਹੜੀ ਲਕੀਰ ਹੈ ਉਹ ਤਾਂ ਖਤਮ ਕਰ ਦਿੰਦਾ, ਜਿੰਨੀ ਕੁ ਤੂੰ ਕਮਾਉਣਾ ਉਨੀ ਕੁ ਖਤਮ ਹੋ ਜਾਂਦੀ ਹੈ। ਕਹਿਣ ਤੋਂ ਭਾਵ ਕੀ ਹੈ ਕਿ ਅਸੀਂ ਕਿਰਪਾ ਭਾਲਦੇ ਹਾਂ ਸਭ ਕੁਝ ਹੀ, ਕਿਰਪਾ ਭਾਲਦੇ ਹਾਂ ਵੀ ਸ਼ਾਇਦ ਜਿਸ ਤਰ੍ਹਾਂ ਪ੍ਰਸ਼ਾਦਾ ਆਪਾਂ ਨੂੰ ਪਰੋਸਿਆ ਮਿਲ ਜਾਂਦਾ ਵੀ ਇਸੇ ਤਰ੍ਹਾਂ ਕਿਰਪਾ ਮਿਲ ਜਾਏ, ਥਾਲੀ ਵਿੱਚ ਪਰੋਸ ਕੇ ਕੋਈ ਕਿਰਪਾ ਦੇ ਜਾਏ ਅਤੇ ਅਸੀਂ ਲੈ ਲਈਏ ਅਤੇ ਅਸੀਂ ਫਿਰ ਉਸ ਤੋਂ ਲਾਭ ਉਠਾਈਏ, ਇਹ ਚੀਜ਼ ਹੁੰਦੀ ਹੈ। ਬਸ ਕਿਰਪਾ ਚਾਹੀਦੀ ਹੈ ਜਿੱਥੋਂ ਮਰਜ਼ੀ ਹੋ ਜਾਏ। ਕਹਿੰਦੇ ਜੇ ਮਨ ਨਹੀਂ ਬਾਬਾ ਜੀ ਟਿਕਦਾ, ਮਨ ਨਹੀਂ ਜੁੜਦਾ, ਭਾਈ ਸਾਹਿਬ ਜੀ ਕੀ ਕਰੀਏ, ਗੁਰਬਾਣੀ ਵਿੱਚ ਮਨ ਹੀ ਨਹੀਂ ਲੱਗਦਾ। ਮਨ ਕਿੱਥੋਂ ਲੱਗਣਾ ਹੋਵੇ, ਗੁਰਬਾਣੀ ਵਿੱਚ ਦਿਨ ਰਾਤ ਅਸੀਂ ਝੰਝਟ ਝਮੇਲਿਆਂ ਵਿੱਚ ਫਸੇ ਹਾਂ, ਦਿਨ ਰਾਤ ਅਸੀਂ ਇੱਕੋ ਗੱਲ ਵਿੱਚ ਖਚਤ ਹਾਂ। ਅਸੀਂ ਕਹਿੰਦੇ ਹਾਂ ਸਾਡੀ ਜਿਹੜੀ ਬੁੱਧੀ ਹੈ ਨਾ ਉਹ ਸੰਸਾਰ ਵਿੱਚ ਜੁੜੀ ਹੈ, ਸੰਸਾਰ ਵਿੱਚ ਕੇਂਦਰਿਤ ਹੈ। ਅੱਜ ਦੀ ਜਿਹੜੀ ਸਾਡੀ ਮਤਲਬ ਕਿ ਇੱਦਾਂ ਦੀ ਕੰਪੋਜੀਸ਼ਨ ਬਣ ਗਈ, ਅਸੀਂ ਸਿਰਫ
ਰੈਡੀਮੇਡ ਬਣੇ ਹੋਏ ਦੇ ਵਿੱਚ ਹੀ ਧਿਆਨ ਰੱਖਦੇ ਹਾਂ ਵੀ ਸਭ ਕੁਝ ਮਿਲ ਜਾਏ। ਕੱਪੜੇ ਬਣੇ ਹੋਏ ਨੇ ਰੈਡੀਮੇਡ ਖਰੀਦ ਲਏ, ਬਾਜ਼ਾਰ ਵਿੱਚੋਂ ਲੈ ਕੇ ਪਾ ਲਏ ਜੀ, ਸਵਾਉਣ ਦਾ ਝੰਝਟੀ ਖਤਮ ਜੀ, ਚਲੋ ਟੈਨਸ਼ਨ ਮੁਕਤ ਹੋ ਗਈ। ਰੋਟੀ ਘਰੇ ਬਣਾਉਣ ਤੋਂ ਚੱਲ ਗਏ, ਚਲੋ ਜੀ ਬਾਹਰੋਂ ਲਿਆਂਦੀ, ਬਾਹਰੋਂ ਖਾ ਲਈ ਅਤੇ ਚਲੋ ਜੀ ਮੁਕਤ ਹੋ ਗਏ, ਕੋਈ ਗੱਲ ਨਹੀਂ, ਪੇਟ ਦੀ ਤ੍ਰਿਪਤੀ ਹੋ ਗਈ। ਆਨੰਦ ਕਹਿੰਦੇ ਨੇ ਵੀ ਆਨੰਦ ਆਵੇ, ਬਸ ਹਰ ਇੱਕ ਚੀਜ਼ ਨੂੰ ਕਰਨ 'ਚ ਆਨੰਦ ਆਵੇ, ਸਵਾਦ ਜਿਹਾ ਆਵੇ, ਬਸ ਇੱਦਾਂ ਹੈ। ਕਈ ਬੰਦੇ ਘਰ ਦਾ ਖਾਣਾ ਪਸੰਦ ਨਹੀਂ ਕਰਦੇ, ਆਉਣ ਪਿੱਛੇ ਲੋਕਡਾਊਨ ਲੱਗਿਆ ਸੀ ਨਾ, ਅਤੇ ਕਈਆਂ ਲੋਕਾਂ ਨੂੰ ਘਰ ਵਿੱਚ ਖਾਣਾ ਮੁਸ਼ਕਲ ਹੋ ਗਿਆ। ਜਿਹੜੇ ਬਾਹਰੋਂ ਖਾਣ ਦੇ ਸ਼ੌਕੀਨ ਸੀ, ਜਿਹੜੇ ਬਾਹਰੋਂ ਖਾਣ ਦੇ ਗਿੱਜੇ ਹੋਏ ਸੀ, ਉਹ ਲੋਕਾਂ ਨੂੰ ਘਰ ਦਾ ਖਾਣਾ ਖਾਣਾ ਮੁਹਾਲ ਹੋ ਗਿਆ। ਉਹ ਕਹਿੰਦੇ ਜੀ ਬਾਹਰ ਦਾ ਖਾਣਾ ਖਾਏ ਬਿਨਾਂ ਸਾਡੀ ਤ੍ਰਿਪਤੀ ਨਹੀਂ ਹੁੰਦੀ, ਬਾਹਰ ਦਾ ਖਾਣਾ ਖਾਈਏ ਅਤੇ ਬਾਹਰ ਦਾ ਖਾਣਾ ਖਾਏ ਬਿਨਾਂ ਸਾਨੂੰ ਚੈਨ ਨਹੀਂ ਮਿਲਦੀ। ਭਾਵ ਕੀ ਸੀ ਉੱਥੋਂ, ਇੱਕ ਗੱਲ ਸਿੱਖੀ ਮੈਂ ਕਿ ਤਕਰੀਬਨ ਜਿੰਨੇ ਬੰਦੇ ਨੇ ਜਿਹੜੇ ਬਾਹਰਲਾ ਖਾ ਕੇ ਆਨੰਦ ਮਹਿਸੂਸ ਕਰਦੇ ਨੇ, ਸੋ ਉਹਨਾਂ ਨੇ ਕਦੇ ਗੁਰੂ ਕੇ ਨਾਮ ਦਾ ਆਨੰਦ ਨਹੀਂ ਚੱਖਿਆ ਹੋਣਾ। ਤਾਂ ਹੀ ਪਦਾਰਥਾਂ ਨੂੰ ਛੱਕ ਕੇ ਆਪਾਂ ਆਨੰਦ ਮਾਣਦੇ, ਪਦਾਰਥਾਂ ਨੂੰ ਛੱਕ ਕੇ ਕਹਿੰਦੇ ਨੇ ਵਾਹ ਜੀ ਆਨੰਦ ਆ ਗਿਆ। ਪਕੌੜੇ ਬਣੇ ਹੋਏ ਅਨੇਕਾਂ ਪ੍ਰਕਾਰ ਦੇ ਛੱਕੇ ਛਕਾਏ, ਆਪਾਂ ਕਹਿੰਦੇ ਵਾਹ ਜੀ ਆਨੰਦ ਆ ਗਿਆ। ਪਰ ਤਕਰੀਬਨ ਮੇਰੇ ਖਿਆਲ ਦੇ ਵਿੱਚ ਗੁਰਬਾਣੀ ਵਿੱਚ ਜਿਹੜੇ ਆਨੰਦ ਦੇ ਅਰਥ ਨੇ ਉਹ ਕਿਸੇ ਹੋਰ ਪ੍ਰਕਾਰ ਕੀਤੇ ਗਏ ਨੇ। ਆਨੰਦ ਆਨੰਦ ਸਭ ਕੁ ਕਹੈ, ਆਨੰਦ ਗੁਰੂ ਤੇ ਜਾਣਿਆ। ਸਤਿਗੁਰੂ ਕਹਿੰਦੇ ਨੇ ਕਿ ਲੋਕੀ ਕਹਿੰਦੇ ਨੇ ਆਨੰਦ ਆ ਗਿਆ, ਸਵਾਦਲੇ ਭੋਜਨ ਛੱਕ ਕੇ ਕਹਿੰਦੇ ਨੇ ਆਨੰਦ ਆ ਗਿਆ, ਕਿਸੇ ਨਾਲ ਮਿਲ ਕੇ ਜਿਹਦੇ ਨਾਲ ਦਿਲ ਦੀਆਂ ਵਿਚਾਰਾਂ ਮਿਲ ਜਾਂਦੀਆਂ, ਲੋਕੀ ਕਹਿੰਦੇ ਤੈਨੂੰ ਮਿਲ ਕੇ ਆਨੰਦ ਆ ਗਿਆ। ਪਰ ਸਤਿਗੁਰੂ ਨੇ ਆਨੰਦ ਦੇ ਅਰਥ ਹੋਰ ਕੀਤੇ ਨੇ। ਸਤਿਗੁਰੂ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ, ਸਭ ਕੋ ਸਾਰੇ ਕਹਿੰਦੇ ਨੇ ਆਨੰਦ ਆ ਗਿਆ, ਆਨੰਦ ਗੁਰ ਤੇ ਜਾਣਿਆ। ਕਹਿੰਦੇ ਪਰ ਜਿਹੜਾ ਅਸੀਂ ਆਨੰਦ ਮਾਣਿਆ ਉਹ ਗੁਰੂ ਤੋਂ ਮਾਣਿਆ, ਉਹ ਆਨੰਦ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ ਜਿਹੜਾ ਆਨੰਦ ਅਸੀਂ ਮਾਣ ਲਿਆ। ਬਚਨਾਂ ਦੇ ਉੱਪਰ ਪਹਿਰਾ ਦੇ ਕੇ ਅਸੀਂ ਜੋ ਆਨੰਦ ਮਾਣ ਲਿਆ, ਕਹਿੰਦੇ ਉਹ ਆਨੰਦ ਦੀ ਕੋਈ ਸੀਮਾ ਨਹੀਂ ਹੈ, ਕੋਈ ਗਤੀ ਨਹੀਂ ਹੈ। ਉਹ ਆਨੰਦ ਜਿਹੜਾ ਅਸੀਂ ਮਾਣ ਲਿਆ, ਉਹ ਆਨੰਦ ਜਿਹੜਾ ਉਹ ਵੱਖਰਾ ਆਨੰਦ ਹੈ, ਉਹ ਆਨੰਦ ਵੱਖਰਾ ਹੈ। ਕਿਵੇਂ ਵੱਖਰਾ ਹੈ? ਹੁਣ ਵੇਖੋ, ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ। ਕਹਿੰਦੇ ਨੇ ਆਪਾਂ ਸਭ ਕੁਝ ਜਿਹੜਾ ਹੈ ਨਾ, ਆਪਾਂ ਭਾਲਦੇ ਹਾਂ ਵੀ ਆਨੰਦ ਆ ਜਾਏ, ਮੁਕਤੀ ਮਿਲ ਜਾਏ, ਇੱਦਾਂ ਹੀ ਮੁਕਤ ਹੋ ਜਾਈਏ, ਬਸ ਕੁਛ ਕਰਨਾ ਨਾ ਪਏ, ਇੱਦਾਂ ਹੀ ਮੁਕਤ ਮਿਲ ਜਾਈਏ, ਮੁਕਤ ਹੋ ਜਾਏ, ਮੁਕਤੀ ਹੋ ਜਾਏ ਸਾਡੀ ਅਤੇ ਅਸੀਂ ਮੁਕਤ ਹੋ ਜਾਈਏ, ਕੁਝ ਕਰਨ ਦੀ ਲੋੜ ਨਾ ਪਵੇ, ਬਸ ਇੱਦਾਂ ਹੀ ਸਭ ਕੁਝ, ਜਿੱਦਾਂ ਬਾਜ਼ਾਰਾਂ ਵਿੱਚੋਂ ਚੀਜ਼ਾਂ ਸਾਨੂੰ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ, ਅਤੇ ਮੁਕਤੀ ਵੀ ਇੱਦਾਂ ਹੀ ਮਿਲ ਜਾਏ, ਕੋਈ ਥਾਲੀ 'ਚ ਪਰੋਸ ਕੇ ਦੇ ਜੇ ਅਤੇ ਅਸੀਂ ਕਹੀਏ ਵਾਹ ਜੀ ਵਾਹ ਮੁਕਤ ਹੋ ਗਏ, ਕਿਆ ਬਾਤ ਹੈ, ਅਸੀਂ ਤ੍ਰਿਪਤ ਹੋ ਗਏ, ਸਾਨੂੰ ਹੁਣ ਕਾਸੇ ਦੀ ਲੋੜ ਨਹੀਂ ਹੈ। ਪਿਆਰਿਓ, ਜੇ ਮੁਕਤੀ ਲੈਣੀ ਹੈ ਤਕਰੀਬਨ ਉਹਦੇ ਲਈ ਤਾਂ ਫਿਰ ਆਪ ਨੂੰ ਕੁਝ ਕਰਨਾ ਪਊਗਾ। ਜੇ ਜਿਵੇਂ ਸਿਆਣੇ ਕਹਿੰਦੇ ਨੇ ਵੀ ਆਪਦੇ ਮਰੇ ਬਿਨਾਂ ਸੁਰਗ ਨੂੰ ਨਹੀਂ ਜਾਇਆ ਜਾਂਦਾ, ਅਤੇ ਤਕਰੀਬਨ ਜੇ ਆਨੰਦ ਲੈਣਾ ਹੈ, ਜੇ ਮੁਕਤੀ ਲੈਣੀ ਹੈ, ਆਪ ਹੀ ਕੁਝ ਕਰਨਾ ਪੈਣਾ, ਦੂਸਰੇ ਦੇ ਕਰਨ ਨਾਲ ਕੁਝ ਨਹੀਂ ਹੋਣਾ। ਆਪਾਂ ਕਹਿੰਦੇ ਹਾਂ ਵੀ ਇੰਨੇ ਖੰਡ ਪਾਠ ਕਰਾ ਦਈਏ ਵੀ ਸਾਡੀ ਮੁਕਤੀ ਹੋ ਜਾਏ, ਸਹਿਜ ਪਾਠ ਕਰਵਾ ਦਈਏ, ਪੈਸੇ ਦਿੱਤੇ, ਚਲੋ ਡਿਊਟੀ ਖਤਮ ਜੀ, ਹੁਣ ਤਾਂ ਆਨੰਦ ਆ ਗਿਆ ਜੀ, ਅਵਸਥਾ ਖਤਮ ਹੋ ਗਈ। ਨਹੀਂ, ਕਿਸੇ ਨੂੰ ਪੈਸੇ ਦੇ ਕੇ ਪਾਠ ਕਰਵਾਇਆ ਅਤੇ ਸਮਝੀਏ ਮੁਕਤੀ ਹੋ ਗਈ ਅਤੇ ਭੁੱਲ ਹੈ। ਮੈਂ ਨਹੀਂ ਕਹਿੰਦਾ ਵੀ ਪਾਠ ਨਾ ਕਰਵਾਓ, ਠੀਕ ਹੈ, ਨਾ ਆਪਾਂ ਇਹ ਕਰਵਾ ਕੇ ਜੇ ਆਪਾਂ ਕਹੀਏ ਵੀ ਅਸੀਂ ਤਾਂ ਪੈਸੇ ਦੇ ਕੇ ਕਰਵਾਤਾ, ਇਹ ਸਾਡੀ ਭੁੱਲ ਹੈ। ਆਪਾਂ ਕਹੀਏ ਵੀ ਆਪ ਕਰਨ ਦੀ ਲੋੜ ਨਹੀਂ, ਵੀ ਸਾਡਾ ਤਾਂ ਜੀ ਸਭ ਕੁਝ ਹੁਣ ਤੁਹਾਡੇ ਹਵਾਲੇ ਆ, ਤੁਹਾਨੂੰ ਪੈਸੇ ਦਿੱਤੇ ਆ, ਤੁਸੀਂ ਕਰੋ ਨਾ ਕਰੋ, ਬਸ ਆਪਾਂ ਡਿਊਟੀ ਲਾ ਦਿੰਦੇ ਹਾਂ ਵੀ ਤੈਂ ਹੀ ਕਰਨਾ, ਹੁਣ ਤੂੰ ਹੀ ਕਰੇਗਾ, ਤੇਰੀ ਅਵਸਥਾ ਹੈ, ਤੇਰੀ ਜ਼ਿੰਮੇਵਾਰੀ ਹੈ, ਤੂੰ ਕਰ ਨਾ ਕਰ, ਬਸ ਤੇਰੇ ਜ਼ਿੰਮੇ। ਸਤਿਗੁਰੂ ਕਹਿੰਦੇ ਨੇ ਜੇਕਰ ਇਹੋ ਜਿਹੀਆਂ ਚੀਜ਼ਾਂ ਵਿੱਚ ਧਿਆਨ ਰੱਖੇਗਾ ਅਤੇ ਚੇਤੇ ਰੱਖ,
ਕਿ ਤੈਨੂੰ ਕੁਝ ਵੀ ਹਾਸਲ ਨਹੀਂ ਹੋਣਾ। ਤਕਰੀਬਨ ਇਹ ਤੇਰੀ ਹਉਮੈ ਤੇ ਸ਼ੋਕੀ ਫੌਰਤ ਦਾ ਜਿਹੜਾ ਹੰਕਾਰ ਹੈ ਨਾ, ਉਹ ਤੈਨੂੰ ਚੜਿਆ ਹੈ। ਤਕਰੀਬਨ ਤੂੰ ਇੱਕ ਗੱਲ ਦਾ ਧਿਆਨ ਰੱਖੀ ਕਿ ਤੇਰੇ ਵਿੱਚ ਇਹ ਚੀਜ਼ਾਂ ਦਾ ਜਿਹੜਾ ਹੰਕਾਰ ਹੈ ਨਾ, ਉਹ ਨਹੀਂ ਹੋਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਫੋਕੀਆਂ ਸ਼ੌਹਰਤਾਂ ਨੇ, ਇਹਨਾਂ ਦਾ ਮਾਣ ਅਭਿਮਾਨ ਨਹੀਂ ਹੋਣਾ ਚਾਹੀਦਾ ਤੇਰੇ ਵਿੱਚ। ਇਹਨਾਂ ਚੀਜ਼ਾਂ ਦਾ ਫੋਕਾ ਹੰਕਾਰ ਜਿਹੜਾ ਤੂੰ ਚੁੱਕਿਆ ਨਾ, ਉਹ ਨਹੀਂ ਹੋਣਾ ਚਾਹੀਦਾ। ਗੁਰੂ ਵਾਸਤੇ ਤੇ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਸੱਚੇ ਮਾਰਗ ਦੀ ਚੋਣ ਤੂੰ ਕਰਨੀ ਹੈ। ਇੱਕ ਬੰਦਾ ਰੋਜ਼ ਹੀ ਕਵੇ ਜੀ ਮੈਨੂੰ ਤੇ ਮੁਕਤੀ ਚਾਹੀਦੀ ਹੈ, ਮੈਨੂੰ ਮੁਕਤੀ ਚਾਹੀਦੀ ਹੈ ਜੀ, ਮੈਂ ਮੁਕਤ ਹੋਣਾ। ਰੋਜ਼ ਹੀ ਪਰਮਾਤਮਾ ਦੀ ਬੰਦਗੀ ਕਰੇ, ਆਰਾਧਨਾ ਕਰੇ, ਤੇ ਬੰਦਾ ਉਹ ਬਚਨਾਂ ਨੂੰ ਮੰਨੇ ਨਾ, ਪਹਿਰਾ ਦੇਵੇ ਨਾ, ਤੇ ਫਿਰ ਮੁਕਤੀ ਨਹੀਂ ਨਾ ਹੋ ਸਕਦੀ। ਬੰਦਾ ਕਹੇ ਜੀ ਮੈਨੂੰ ਬਚਨ, ਮੈਨੂੰ ਮੈਂ ਬਚਨ ਵੀ ਕਮਾਉਣਾ ਤੇ ਮੈਂ ਸਭ ਕੁਝ ਹੀ ਕਰਦਾ ਤੇ ਮੈਨੂੰ ਮੁਕਤੀ ਫਿਰ ਵੀ ਨਹੀਂ ਹਾਸਲ ਹੁੰਦੀ। ਅਸਲ ਮਹੀਨਿਆਂ ਵਿੱਚ ਜੋ ਬਚਨ ਕਮਾਉਣੇ ਨੇ, ਰੌਲਾ ਤੇ ਸਾਰਿਆਂ ਨੇ ਪਾਇਆ ਨਾ ਵੀ ਮੁਕਤੀ ਚਾਹੀਦੀ ਹੈ ਜੀ, ਅਸੀਂ ਬਚਨ ਵੀ ਕਮਾਉਂਦੇ ਹਾਂ, ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਅਸੀਂ ਸੇਵਾ ਵੀ ਕਰਦੇ ਹਾਂ, ਪਰ ਫਿਰ ਵੀ ਸਾਡੇ 'ਤੇ ਕਿਰਪਾ ਨਹੀਂ ਹੁੰਦੀ। ਬਚਨ ਤੇ ਸਾਰਿਆਂ ਨੇ ਕਮਾਏ, ਰੌਲਾ ਸਾਰੇ ਪਾਉਂਦੇ ਨੇ। ਹੁਣ ਸਾਡੀ ਅਵਸਥਾ ਪਤਾ ਕਿਹੋ ਜਿਹੀ ਹੈ? ਕਹਿੰਦੇ ਨੇ ਇੱਕ ਬੰਦਾ ਹੈ, ਉਹ ਬੰਦਾ ਕਹਿੰਦੇ ਦੋ ਆਪਸ ਵਿੱਚ ਲੜ ਪਏ, ਆਪਸ ਵਿੱਚ ਲੜ ਪਏ। ਹੁਣ ਜਿਹੜਾ ਤਕੜਾ ਸੀ, ਮਾੜੇ ਨੇ ਉਹਨੂੰ ਢਾ ਲਿਆ ਤੇ ਮਾੜਾ ਉਹਦੇ ਉੱਤੇ ਬਹਿ ਗਿਆ ਤੇ ਆਪ ਹੀ ਰੌਲਾ ਪਾਉਣ ਲੱਗ ਗਿਆ। ਕਹਿੰਦਾ ਬਚਾਓ ਬਚਾਓ, ਜਿਹੜੇ ਖੇਤਾਂ ਵਿੱਚ ਕੰਮ ਕਰਦੇ ਸੀ ਉਹਦੇ ਕੋਲ ਆ ਗਏ। ਉਹ ਕਹਿੰਦੇ ਕੀ ਹੋ ਗਿਆ? ਉਹ ਕਹਿੰਦਾ, ਕਹਿੰਦੇ ਤੂੰ ਤੇ ਇਹਨੂੰ ਢਾ ਰੱਖਿਆ ਵੀ ਤੂੰ ਉੱਤੇ ਬੈਠਾ ਰੌਲਾ ਪਾ ਰਿਹਾ, ਬਚਾਓ ਬਚਾਓ ਕਿਉਂ ਕਹਿੰਦਾ ਹੈ? ਉਹ ਕਹਿੰਦਾ ਜੇ ਉੱਠ ਖੜਿਆ ਇਹਨੇ ਮੈਨੂੰ ਕੁੱਟਣਾ, ਮੈਨੂੰ ਢਾ ਲੈਣਾ, ਮੈਂ ਤਾਂ ਕਰਕੇ ਕਹਿੰਦਾ ਮੈਨੂੰ ਬਚਾਓ, ਮੈਨੂੰ ਪਹਿਲਾਂ ਹੀ ਬਚਾ ਲਓ। ਸਾਡੀ ਅਵਸਥਾ ਇਹ ਬਣੀ ਹੋਈ ਹੈ ਵੀ ਅਸੀਂ ਕਹਿੰਦੇ ਵੀ ਸਾਨੂੰ ਬਚਾਓ ਬਚਾਓ, ਰੌਲਾ ਤੇ ਸਾਰਿਆਂ ਨੇ ਪਾਇਆ ਨਾ ਵੀ ਮੈਨੂੰ ਮੁਕਤੀ ਚਾਹੀਦੀ ਹੈ, ਆਨੰਦ ਚਾਹੀਦਾ। ਪਰ ਜੋ ਅਸਲ ਮਹੀਨਿਆਂ ਵਿੱਚ ਆਨੰਦ ਹੈ ਨਾ, ਉਹਦੇ ਤੋਂ ਅਸੀਂ ਕੋਹਾਂ ਦੂਰ ਹਾਂ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਬਚਨ ਕਮਾਉਣ ਦੀ, ਜੇ ਬਚਨ ਕਮਾਉਣ ਦੀ ਆਪਾਂ ਗੱਲ ਕਰੀਏ, ਹੁਣ ਅਸਲ ਮਹੀਨੇ 'ਤੇ ਆਈਏ ਜੋ ਆਪਣਾ ਵਿਸ਼ਾ ਹੈ। ਆਨੰਦ ਜਿਨ੍ਹਾਂ ਨੇ ਮਾਣਿਆ, ਜਿਨ੍ਹਾਂ ਨੇ ਮੁਕਤੀ ਲਈ, ਅਸਲ ਵਿੱਚ ਉਹਨਾਂ ਦੀ ਗੱਲ ਕਰੀਏ। ਹੁਣ ਇਤਿਹਾਸ ਵਿੱਚੋਂ ਆਪਾਂ ਨੂੰ ਜ਼ਿਕਰ ਮਿਲਦਾ ਨਾ ਭਾਈ ਮਨੀ ਸਿੰਘ ਜੀ, ਉਹਨਾਂ ਦੀ ਸ਼ਹੀਦੀ ਦੀ ਗੱਲ ਕਰੀਏ, ਵਾਹ ਕਮਾਲ ਦੀ ਸ਼ਹੀਦੀ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੀ ਗੱਲ ਕਰੀਏ ਤੇ ਉਹਨਾਂ ਦੀ ਵਾਹ ਕਮਾਲ ਦੀ ਸ਼ਹੀਦੀ ਸੀ। ਭਾਵੇਂ ਕਈ ਚੁੰਚ ਗਿਆਨੀ ਜਿਹੜੇ ਮਰਜ਼ਾਦਾ ਦਾ ਬਰਛਾ ਚੁੱਕੀ ਫਿਰਦੇ ਨੇ, ਉਹਨਾਂ ਨੇ ਇਹ ਸ਼ਹੀਦੀ ਦੇ ਉੱਪਰ ਤੰਜ ਕਸ਼ੇ, ਪਰ ਅਸਲ 'ਚ ਜੋ ਸੱਚ ਹੈ ਉਹ ਸੱਚ ਹੀ ਰਹਿਣਾ ਹੈ। ਬੇਨਤੀ ਕਰਦਾ ਹੁੰਦਾ ਕਿ ਸ਼ਹੀਦ ਜਿਹੜੇ ਹੋਏ ਨੇ, ਚਾਹੇ ਉਹ ਅੱਜ ਦੇ ਨੇ ਚਾਹੇ ਪੁਰਾਤਨ ਸਮੇਂ ਦੇ ਨੇ, ਸ਼ਹੀਦ ਸ਼ਹੀਦ ਹੀ ਨੇ। ਉਹਨਾਂ ਉੱਪਰ ਸ਼ਹੀਦੀਆਂ ਸਾਰਿਆਂ ਦੀਆਂ ਵਾਹ ਕਮਾਲ ਦੀਆਂ ਨੇ, ਪਰ ਤਕਰੀਬਨ ਜਿਹੜੀ ਗੱਲ ਕਰ ਰਹੇ ਹਾਂ ਵੀ ਆਪਾਂ ਜਿਹੜੀ ਵਾਹ ਕਮਾਲ ਦੀ ਜਿਹੜੀ ਬਚਨਾਂ ਅਨੁਸਾਰ ਸ਼ਹੀਦੀ ਹੋਈ ਹੈ, ਉਹ ਜਿਹੜੇ ਬਚਨ ਸਤਿਗੁਰੂ ਨੇ ਪਹਿਲਾਂ ਹੀ ਕਰ ਦਿੱਤੇ ਸੀ, ਉਹਨਾਂ ਮੁਤਾਬਕ ਮੈਂ ਬੇਨਤੀ ਕਰ ਰਿਹਾ ਹਾਂ। ਕਹਿੰਦੇ ਇੱਕ ਵਾਰ ਸਤਿਗੁਰਾਂ ਨੇ ਸਾਰੇ ਸਿੰਘਾਂ ਨੂੰ ਅਰਥ ਪੜ੍ਹਾ ਦਿੱਤੇ ਸੱਚਖੰਡ ਦੇ, ਸਾਰੇ ਸਿੰਘਾਂ ਨੂੰ ਅਰਥ ਸਮਝਾ ਦਿੱਤੇ, ਬਾਖੂਬੀ ਉਹਨਾਂ ਨੂੰ ਸਾਰਿਆਂ ਨੂੰ ਸਮਝਾਇਆ ਤੇ ਕਹਿੰਦੇ ਨੇ ਸਾਰੇ ਕਹਿੰਦੇ ਵੀ ਸਤਿਗੁਰੂ ਸਾਰੇ ਸੱਚਖੰਡ ਜਾਵਾਂਗੇ, ਸਾਰੇ ਸਤਿਗੁਰੂ ਮੁਕਤ ਹੋ ਜਾਵਾਂਗੇ। ਤੇ ਸਤਿਗੁਰੂ ਬਾਬਾ ਦੀਪ ਸਿੰਘ ਜੀ ਨੂੰ ਕਹਿੰਦੇ ਕਿ ਤੁਸੀਂ ਨਹੀਂ ਜਾਣਾ ਹੈ, ਤੁਸੀਂ ਬੜੇ ਕਾਰਜ ਕਰਨੇ ਨੇ, ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਵੀ ਕਰਾਉਣੀ ਹੈ, ਸੇਵਾ ਵੀ ਨਿਭਾਉਣੀ ਹੈ, ਆਖਰ ਪੁਰਾਤਨ ਸਰੂਪ ਵੀ ਲਿਖਣੇ ਨੇ, ਸਰੂਪਾਂ ਦੀ ਸੇਵਾ ਵੀ ਤੁਹਾਡੇ ਤੋਂ ਲੈਣੀ ਹੈ, ਤੋ ਤੁਸੀਂ ਇਹ ਸਾਰੇ ਕਾਰਜ ਕਰਨੇ ਨੇ, ਤੁਸੀਂ ਨਹੀਂ ਜਾਣਾ, ਸਾਰੇ ਤੁਸੀਂ ਵਿਦੇਹੀ ਹੋ ਗਏ ਤੇ ਫਿਰ ਇੱਦਾਂ ਤੇ ਮੁਸ਼ਕਲ ਹੋ ਜਾਣਾ। ਨਹੀਂ ਨਹੀਂ ਭਾਈ, ਜਿਨ੍ਹਾਂ ਤੋਂ ਸੇਵਾ ਲੈਣੀ ਹੈ ਉਹਨਾਂ ਤੋਂ ਇੱਥੇ ਵੱਖਰੀ ਕੁਝ ਸੇਵਾ ਲੈਣੀ ਹੈ। ਬਾਬਾ ਦੀਪ ਸਿੰਘ ਜੀ ਨੂੰ ਇਹ ਪਹਿਲਾਂ ਬਚਨ ਕੀਤੇ ਸਨ।
ਚਿਤਨਾ ਭਇਓ ਆਵਨ ਕੈ ਚੁਭੀ ਰਹੇ ਸੁਰਤ ਪ੍ਰਭ ਚਾਨਣ ਮੈਂ। ਸਤਿਗੁਰੂ ਕਹਿੰਦੇ ਹੁਣ ਨਹੀਂ ਮਨ ਕਰਦਾ ਇੱਥੇ ਰਹਿਣ ਦਾ, ਅਸੀਂ ਜਾਣਾ ਹੈ, ਅਸੀਂ ਜਾਵਾਂਗੇ, ਪਰ ਬਾਬਾ ਦੀਪ ਸਿੰਘ ਜੀ ਤੁਹਾਡੇ ਤੋਂ ਵੱਡੀ ਸੇਵਾ ਇੱਥੇ ਲੈਣੀ ਹੈ। ਉਹ ਕਿਹੜੀ ਸੇਵਾ ਹੈ? ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਜੀ ਨੂੰ ਪਹਿਲੀ ਬਚਨ ਕੀਤੇ ਹੋਏ ਸੀ ਵੀ ਜੇਕਰ ਤੇਰਾ ਸੀਸ ਧੜ ਤੋਂ ਵੀ ਜੁਦਾ ਹੋ ਜਾਵੇਗਾ, ਆਖਿਰ ਤੇਰੇ ਆਨੰਦ ਵਿੱਚ ਨਾ ਤਾਂ ਵੀ ਫਰਕ ਨਹੀਂ ਪੈਣ ਦਿਆਂਗੇ, ਤੇਰੀ ਜਿਹੜੀ ਸੁਰਤ ਹੈ ਨਾ ਉਹ ਪ੍ਰਭੂ ਪਰਮਾਤਮਾ ਵਿੱਚ ਇਸੇ ਤਰ੍ਹਾਂ ਲੀਨ ਰਹੇਗੀ, ਇਹ ਆਨੰਦ ਵਿੱਚ ਫਰਕ ਨਹੀਂ ਪੈਣਾ, ਭਾਵੇਂ ਕੁਝ ਵੀ ਹੋ ਜਾਏ ਇਹ ਤੇਰਾ ਆਨੰਦ ਇਸੇ ਤਰ੍ਹਾਂ ਅਸੀਂ ਬਰਕਰਾਰ ਰੱਖਾਂਗੇ, ਇਹ ਸਾਡੀ ਤੇਰੇ ਨਾਲ ਜ਼ਿੰਮੇਵਾਰੀ ਹੈ, ਸਾਡਾ ਵਾਅਦਾ ਤੇਰੇ ਨਾਲ ਕਿ ਇਹ ਸਭ ਕੁਝ ਇਸੇ ਤਰ੍ਹਾਂ ਅਸੀਂ ਚੱਲਦਾ ਚਲਾਏਮਾਨ ਰੱਖਾਂਗੇ। ਭਾਈ ਮਨੀ ਸਿੰਘ ਨੂੰ ਵੀ ਸਤਿਗੁਰਾਂ ਨੇ ਇਹੀ ਬਚਨ ਕੀਤਾ ਸੀ, ਤੇਰਾ ਭਾਵੇਂ ਬੰਦ ਬੰਦ ਵੀ ਕੱਟਿਆ ਜਾਏ, ਤੇਰੇ ਆਨੰਦ ਵਿੱਚ ਵੀ ਫਰਕ ਨਹੀਂ ਪੈਣ ਦਿਆਂਗੇ, ਪਰ ਅਸਲ ਮੈਨੇ ਵਿੱਚ ਆਨੰਦ ਦੇ ਅਰਥ ਆਪਾਂ ਕਰ ਚੁੱਕੇ ਹਾਂ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਸਤਿਗੁਰੂ ਕਹਿੰਦੇ ਨੇ ਆਨੰਦ ਕੀ ਹੈ? ਲੋਕੀ ਕਹਿੰਦੇ ਨੇ ਆਨੰਦ ਆ ਗਿਆ, ਸ਼ੱਕ ਛਕਾ ਕੇ ਕਹਿੰਦੇ ਨੇ ਆਨੰਦ ਆ ਗਿਆ, ਪਰ ਇਹ ਜਿਹੜਾ ਆਨੰਦ ਹੈ ਇਹ ਵੱਖਰਾ ਆਨੰਦ ਹੈ। ਬਾਬਾ ਦੀਪ ਸਿੰਘ ਜੀ ਆਪਣਾ ਸੀਸ ਧੜ ਤੋਂ ਜੁਦਾ ਕਰਕੇ ਤੇ ਭਾਈ ਮਨੀ ਸਿੰਘ ਬੰਦ ਬੰਦ ਕਟਵਾ ਕੇ ਉਹ ਕਹਿੰਦੇ ਨੇ ਆਨੰਦ ਆ ਗਿਆ, ਗੁਰੂ ਦੇ ਬਚਨ ਮੰਨ ਕੇ ਇਹ ਆਨੰਦ ਆਨੰਦ ਵਿੱਚ ਫਰਕ ਹੈ। ਬੇਨਤੀ ਕਰਾਂ, ਸਤਿਗੁਰੂ ਨੇ ਪਹਿਲੀ ਬਚਨ ਕੀਤੇ ਹੋਏ ਸਨ ਕਿ ਆਨੰਦ ਤੇ ਬਚਨ ਮੰਨਣ ਦਾ ਜਿਹੜਾ ਅਸਲ ਅਰਥ ਹੈ, ਆਨੰਦ ਸ਼ਬਦ ਤੇ ਔਰ ਬਚਨ ਮੰਨਣੇ, ਬਚਨ ਪੂਰਨੇ, ਬਚਨਾਂ ਦੇ ਉੱਪਰ ਪਹਿਰਾ ਦੇਣਾ, ਇਹ ਸਤਿਗੁਰੂ ਨੇ ਪਹਿਲਾਂ ਹੀ ਸਭ ਕੁਝ ਤੈਅ ਕਰ ਰੱਖਿਆ ਸੀ ਤੇ ਉਹਨਾਂ ਨੂੰ ਬਚਨ ਕੀਤੇ ਸੀ, ਉਹਨਾਂ ਦੇ ਬਚਨਾਂ ਮੁਤਾਬਕ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ। ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਹੋਈ ਤੇ ਕਿਸ ਤਰ੍ਹਾਂ ਫਿਰ ਆਪਾਂ ਜਾਣਦੇ ਹਾਂ ਕਿ ਬਾਬਾ ਦੀਪ ਸਿੰਘ 18 ਸੇਰ ਦਾ ਖੰਡਾ ਧੂਕੇ ਕਿਸ ਤਰ੍ਹਾਂ ਫਿਰ ਹਰਿਮੰਦਰ ਸਾਹਿਬ ਦੀ ਬੇਦਵੀ ਰੋਕੀ ਤੇ ਉਹਨਾਂ ਦਾ ਸੀਸ ਜਿਹੜਾ ਸੀ ਧੜ ਤੋਂ ਜੁਦਾ ਹੋ ਗਿਆ। ਪਰ ਕਈ ਵਿਦਵਾਨ ਜਿਹੜੇ ਨੇ ਸ਼ਹੀਦੀ ਨੂੰ ਰੋਲਣ ਤੇ ਲੱਗੇ ਹੋਏ ਨੇ, ਕਿਵੇਂ ਰੋਲਣ ਤੇ ਲੱਗੇ ਹੋਏ ਨੇ, ਕਹਿੰਦੇ ਨੇ ਨਹੀਂ ਜੀ ਸੀਸ ਪੂਰਾ ਉਹਨਾਂ ਦਾ ਧੜ ਤੋਂ ਅਲੱਗ ਨਹੀਂ ਸੀ ਹੋਇਆ ਜੀ, ਉਹਨਾਂ ਦਾ ਸੀਸ ਥੋੜ੍ਹਾ ਜਿਹਾ ਨਾਲ ਰਹਿ ਗਿਆ ਸੀ, ਉਹਨਾਂ ਨੇ ਹੱਥ ਨਾਲ ਆਪਣੇ ਸੀਸ ਨੂੰ ਸਹਾਰਾ ਦੇ ਕੇ ਜੀ ਉਹ ਲੜਦੇ ਰਹੇ ਜੀ, ਇੱਦਾਂ ਕੀਤਾ ਉਹ ਕੀਤਾ, ਨਹੀਂ ਪਿਆਰੇ ਉਹ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਜੇਕਰ ਤੇਰਾ ਸੀਸ ਧੜ ਤੋਂ ਜੁਦਾ ਹੋ ਜਾਏ ਤਾਂ ਵੀ ਤੇਰਾ ਆਨੰਦ ਇਸੇ ਤਰ੍ਹਾਂ ਬਰਕਰਾਰ ਰਹੇਗਾ। ਜਦੋਂ ਸਾਂਝਾ ਵਾਰ ਹੋਇਆ ਤੇ ਬਾਬਾ ਦੀਪ ਸਿੰਘ ਦੇ ਸੀਸ ਨੂੰ ਧੜ ਤੋਂ ਅਲੱਗ ਕਰ ਦਿੱਤਾ ਤੇ ਬਾਬਾ ਦੀਪ ਸਿੰਘ ਜੀ ਆਪਣਾ ਸੀਸ ਤਲੀ ਤੇ ਧਰ ਕੇ ਤਾਂ ਵੀ ਉਸ ਫੌਜਾਂ ਦਾ ਸਾਹਮਣਾ ਜਿਹੜਾ ਕਰਦੇ ਰਹੇ, ਮੁਗਲ ਫੌਜਾਂ ਦਾ, ਉਹਨਾਂ ਦਾ ਭਾਵ ਕਿ ਇਹ ਉੱਥੋਂ ਜਿਹੜੇ ਬਚਨ ਸੀ ਬਚਨਾਂ ਨੂੰ ਕਮਾਇਆ, ਬਚਨਾਂ ਮੁਤਾਬਕ ਹੀ ਸਾਰਾ ਕੁਝ ਹੋਇਆ, ਬਚਨਾਂ ਤੋਂ ਬਾਹਰ ਨਹੀਂ ਹੋਇਆ। ਬਾਬਾ ਦੀਪ ਸਿੰਘ ਜੀ ਦਾ ਆਨੰਦ ਗੁਰੂ ਚਰਨਾਂ ਵਿੱਚ ਉਸੇ ਤਰ੍ਹਾਂ ਫਿਰ ਵੀ ਬਣਿਆ ਰਿਹਾ, ਉਸ ਆਨੰਦ ਵਿੱਚ ਫਰਕ ਨਹੀਂ ਪਿਆ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਬਚਨ ਕੀਤੇ ਸੀ। ਭਾਵ ਕੀ ਹੈ? ਭਾਈ ਮਨੀ ਸਿੰਘ ਦਾ ਭਾਵੇਂ ਬੰਦ ਬੰਦ ਕੱਟਿਆ ਗਿਆ, ਹੁਣ ਜਲਾਦ ਹੱਥ ਫੜ ਕੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਰਿਹਾ ਹੈ, ਕੱਟਣ ਦੀ ਅਜੇ ਤਿਆਰੀ ਕਰਦਾ ਤੇ ਭਾਈ ਮਨੀ ਸਿੰਘ ਕਹਿੰਦੇ ਨੇ ਐ ਜਲਾਦਾ ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੋਇਆ ਤੇ ਬੰਦ ਉਂਗਲੀ ਦੇ ਪੋਟੇ ਕੋਲੋਂ ਸ਼ੁਰੂ ਹੁੰਦਾ ਹੈ। ਹੁਣ ਦੇਖੋ ਜਲਾਦ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਤੇ ਉਹ ਕਹਿੰਦਾ ਐ ਸਿੱਖੋ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ ਤੇ ਮੈਂ ਤੇਰੇ ਅੰਗ ਕੱਟਣ ਵਿੱਚ ਵੀ ਗੁਰੇਜ਼ ਕਰ ਰਿਹਾ ਪਰ ਤੂੰ ਮੈਨੂੰ ਦੱਸ ਰਿਹਾ ਕਿ ਬੰਦ ਕਿੱਥੋਂ ਸ਼ੁਰੂ ਹੁੰਦਾ, ਕਿੱਥੋਂ ਮੈਂ ਕੱਟਣਾ ਸ਼ੁਰੂ ਕਰਾਂ ਤੇ ਵਾਹ ਕਮਾਲ ਦੀ ਗੱਲ ਹੈ ਤੁਹਾਡਾ ਗੁਰੂ ਕਿੰਨਾ ਮਹਾਨ ਹੋਏਗਾ, ਆਪਾਂ ਅੰਦਾਜ਼ਾ ਲਾ ਸਕਦੇ। ਸੋ ਮੇਰੀ ਬੇਨਤੀ ਇਹ ਹੈ ਕਿ ਇਹਨਾਂ ਚੁੰਚ ਗਿਆਨੀਆਂ ਦੇ ਪਿੱਛੇ ਲਾ ਕੇ ਸ਼ਹੀਦੀ ਉੱਪਰ ਤੰਜ ਕਸਣੇ ਬੰਦ ਕਰਕੇ ਗੁਰੂ ਚਰਨਾਂ ਵਿੱਚੋਂ ਆਨੰਦ ਤੇ ਗੁਰੂ ਤੋਂ ਆਪਾਂ ਅਸਲ ਮੈਨਿਆਂ ਵਿੱਚ ਜੋ ਭਾਵ ਹੈ ਨਾ ਉਹ ਸਿੱਖੀਏ।
ਗੁਰੂ ਤੋਂ ਅਸਲ ਮਹੀਨੇ ਵਿੱਚ ਸਿੱਖਿਆ ਲਈਏ, ਫਿਰ ਕਿਰਪਾ ਹੋਣੀ ਹੈ, ਫਿਰ ਆਨੰਦ ਤੇ ਬਚਨ ਮੰਨਣ ਵਿੱਚ ਸਾਨੂੰ ਕਿੰਨੀ ਪੂਰਤੀ ਸੰਤੁਸ਼ਟੀ ਹੋਣੀ ਹੈ, ਉਹਦਾ ਆਨੰਦ ਜਿਹੜਾ ਹੋਏਗਾ ਉਹ ਵੱਖਰਾ ਹੋਏਗਾ। ਸੋ ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਨਾਲ ਇਸੇ ਤਰ੍ਹਾਂ ਆਪ ਜੀ ਪਿਆਰ ਦਰਸਾਉਂਦੇ ਰਹੋ, ਸਾਨੂੰ ਸੇਵਾ ਦਾ ਮੌਕਾ ਬਖਸ਼ਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਲੈਣ ਦੇ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ। ਸਮੁੱਚੀ ਟੀਮ ਦੇ ਲਈ ਅਰਦਾਸ ਕਰਨੀ, ਆਪ ਜੀ ਦੀ ਸੇਵਾ ਵਿੱਚ ਇਸੇ ਤਰ੍ਹਾਂ ਅਸੀਂ ਲੱਗੇ ਰਹੀਏ। ਔਰ ਲਾਈਕ ਕਮੈਂਟ ਕਰਨਾ ਆਪ ਜੀ ਨਾ ਭੁੱਲਿਓ, ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।